हेलो फ्रेंड्स टुडे आई अमृतप्रीत कौर प्रेजेंटिंग अ स्पीच ऑन कास्ट सिस्टम मींस जात-पात वाहेगुरु जी का खालसा वाहेगुरु जी की फतेह ਗੁਰਬਾਣੀ ਦਾ ਫੁਰਮਾਨ ਹੈ ਨੀਚਾ ਅੰਦਰ ਨੀਤ ਜਾਤ ਨੀਚੀ ਹੂ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆ ਸੋ ਘਿਆਰੀਸ ਜਿੱਥੈ ਨੀਚ ਸੰਮਾਲੀ ਅਣ ਤਿੱਥੈ ਨਦਰ ਤੇਰੀ ਬਖਸ਼ਿਸ਼ ਇੱਥੇ ਬਾਣੀ ਦੀ ਗੱਲ ਨੀਵੀਂ ਜਾਤ ਦੇ ਪਾਈ ਲਾਲੋ ਤੇ ਹੈ ਪਾਈ ਲਾਲੋ ਚਾਹੇ ਨੀਵੀਂ ਜਾਤ ਦਾ ਸੀ ਪਰ ਉਸ ਦਾ ਮਨ ਨੀਵਾ ਤੇ ਮਤ ਉੱਚੀ ਸੀ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਆਜ ਤੱਕ ਮੇਰਾ ਇੱਕ ਸਵਾਲ ਹੈ ਮਲਕ ਪਾਗੋ ਤੇ ਪਾਈ ਲਾਲੋ ਨੂੰ ਤੁਸੀਂ ਕਿਸ ਰੂਪ ਵਿੱਚ ਦੇਖਦੇ ਹੋ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਵੀ ਆਪਾਂ ਲਾਲੋ ਜੀ ਜਾਂ ਮਲਕ ਪਾਗੋ ਦੀ ਗੱਲ ਕਰਾਂਗੇ ਤਾਂ ਸਾਨੂੰ ਦੋ ਚੀਜ਼ਾਂ ਦਾ ਬੜਾ ਖਿਆਲ ਰੱਖਣਾ ਪੈਣਾ ਕਿਉਂਕਿ ਸਾਡੇ ਪ੍ਰਚਾਰਕ ਜਦੋਂ ਵੀ ਭਾਈ ਲਾਲੋ ਦੀ ਗੱਲ ਸੁਣਾਉਂਦੇ ਨੇ ਤਾਂ ਅਕਸਰ ਇਹ ਗੱਲ ਆਮ ਕਰਕੇ ਕਹੀ ਜਾਂਦੀ ਹੈ ਕਿ ਨਾਨਕ ਪਾਤਸ਼ਾਹ ਨੇ ਦੋਵੇਂ ਹੱਥਾਂ ਵਿੱਚ ਰੋਟੀਆਂ ਫੜੀਆਂ ਤੇ ਭਰੀ ਸਭਾ ਦੇ ਅੰਦਰ ਜੋਰ ਲਾ ਕੇ ਨਚੋੜੀਆਂ ਮੈਂ ਅਕਸਰ ਸੋਚਦੀ ਹਾਂ ਕਿ ਇੰਨਾ ਜੋਰ ਤੇ ਗੁਰੂ ਨਾਨਕ ਪਾਤਸ਼ਾਹ ਨੇ ਨਹੀਂ ਲਾਇਆ ਹੋਣਾ ਜਿੰਨਾ ਸਾਡੇ ਪ੍ਰਚਾਰਕ ਲਾ ਦਿੰਦੇ ਨੇ ਅਸੀਂ ਰੋਟੀਆਂ ਨਚੋੜੀ ਤੁਰੀ ਜਾਂਦੇ ਹਾਂ ਅਸੀਂ ਕਦੇ ਸਾਖੀ ਦਾ ਨਚੋੜ ਨਹੀਂ ਕੱਢਿਆ ਕੀ ਸਾਖੀ ਜਨਚੋੜ ਕੀ ਹੈ ਇਸ ਵਿੱਚ ਸਾਨੂੰ ਇਸ ਚੀਜ਼ ਦਾ ਖਿਆਲ ਰੱਖਣਾ ਪੈਣਾ ਸਭ ਤੋਂ ਪਹਿਲੀ ਗੱਲ ਉੱਚ ਜਾਤੀ ਮੁਤਾਬਕ ਲਾਲੋ ਸ਼ੁੱਦਰ ਕਿਉਂਕਿ ਤਰਖਾ ਕਿਉਂਕਿ ਲਾਲੋ ਤਰਖਾਨ ਜੀ ਗੁਰੂ ਨਾਨਕ ਦੇਵ ਜੀ ਦਾ ਸ਼ੁੱਦਰ ਦੇ ਘਰ ਜਾਣਾ ਇਸ ਸਿਧਾਂਤ ਨੂੰ ਪੂਨ ਰੂਪ ਵਿੱਚ ਪੱਕਿਆ ਕਰਦਾ ਹੈ ਜੱਤ ਜਨਮ ਨ ਪੁੱਛੀਐ ਸੱਚ ਕਰ ਲਹਿ ਬਤਾਏ ਬਾਣੀ ਦੇ ਅਨੁਸਾਰ ਜਿਸ ਅਕਾਲ ਪੁਰਖ ਨੇ ਸਾਨੂੰ ਪੈਦਾ ਕੀਤਾ ਇਸ ਕਰਕੇ ਸਾਡੀ ਜਾਤ ਸਾਡਾ ਗੁਰੂ ਹੈ ਸੰਗਤ ਜਿਓ ਇਹ ਵਚਨ ਇਕੱਲੇ ਕਹੇ ਹੀ ਨਹੀਂ ਕਿਉਂਕਿ ਜਿਹੜੀ ਗੁਰਬਾਣੀ ਹੈ ਉਹ ਅਸਲ ਵਿੱਚ ਸਾਡੇ ਗੁਰੂਆਂ ਦੀ ਕਥਨੀ ਹੈ ਇਤਿਹਾਸ ਸਾਡੇ ਗੁਰੂਆਂ ਦੀ ਕਰਨੀ ਹੈ ਜੋ ਗੁਰਬਾਣੀ ਵਿੱਚ ਬੋਲ ਕਹੇ ਉਹਨਾਂ ਬੋਲਾਂ ਨੂੰ ਪੁਗਾਇਆ ਗੁਰੂ ਨਾਨਕ ਸਾਹਿਬ ਦਾ ਉਸ ਦੇ ਘਰ ਜਾਣਾ ਉਸ ਦੇ ਘਰ ਰਹਿਣਾ ਤੇ ਉਸ ਨੂੰ ਪ੍ਰੇਮ ਕਰਨਾ ਉਸ ਦੇ ਘਰ ਦਾ ਲੰਗਰ ਪ੍ਰਸ਼ਾਦਾ ਛਕਣਾ ਇਹਨਾਂ ਗੱਲਾਂ ਦਾ ਇਹ ਸਬੂਤ ਹੈ ਕਿ ਜਿਹੜੇ ਲਾਲੂ ਨੂੰ ਨੀਚ ਕਹਿੰਦੇ ਨੇ ਮੇਰੇ ਨਾਨਕ ਨੇ ਉਸ ਨੂੰ ਗਲ ਨਾਲ ਲਾਇਆ ਗੁਰੂ ਨਾਨਕ ਪਾਤਸ਼ਾਹ ਜੀ ਹਾਕਮਾਂ ਦੇ ਸਾਹਮਣੇ ਵੇਲੇ ਦਾ ਸੱਚ ਬੋਲਦੇ ਨੇ ਕਿ ਤੁਹਾਡੇ ਭੋਜਨ ਵਿੱਚ ਸਾਨੂੰ ਗਰੀਬਾਂ ਦਾ ਲਹੂ ਦਿਸਦਾ ਪਾਵ ਤੁਹਾਡੀ ਕਮਾਈ ਹੱਕ ਦੀ ਕਮਾਈ ਨਹੀਂ ਪਰ ਲਾਲੂ ਦੇ ਭੋਜਨ ਵਿੱਚ ਦੁੱਧ ਦਿਸਦਾ ਪਾਵ ਲਾਲੂ ਦੀ ਕਮਾਈ ਹੱਕ ਤੇ ਹਲਾਲ ਦੀ ਕਮਾਈ ਹੈ ਅਸਲ ਵਿੱਚ ਇਹ ਦੋ ਸ਼ਰੀਰ ਨਹੀਂ ਇੱਕ ਸਿਧਾਂਤ ਸੀ ਆਉ ਆਪਾਂ ਵੀ ਲਾਲੋ ਨੂੰ ਇੱਕ ਸਿਧਾਂਤ ਵੱਲੋਂ ਪੇਸ਼ ਕਰੀਏ ਜੇ ਜਾਤ ਪਾਤ ਧਰਮਾਂ ਦੇ ਨਾਂ ਤੇ ਇਸੇ ਤਰ੍ਹਾਂ ਵੰਡਾ ਪੈਂਦੀਆਂ ਰਹੀਆਂ ਉਹ ਦਿਨ ਦੂਰ ਨਹੀਂ ਜਦੋਂ ਇਹ ਸਮਾਜ ਇੱਕ ਦਿਨ ਮੁਕਣ ਖਤਮ ਹੋਣ ਦੀ ਤਾਦਾਦ ਤੇ ਆ ਜਾਵੇਗਾ ਸਾਨੂੰ ਲੋੜ ਹੈ ਆਪਣੀ ਸੋਚ ਬਦਲਣ ਦੀ ਇਹਨਾਂ ਕੁਝ ਕਹਿਣ ਦੀ ਹੋਈ ਮੈਂ ਆਪਣੀ ਸਮਾਪਤੀ ਕਰਦੀ ਹਾਂ ਜੇ ਕਿਸੇ ਨੂੰ ਵੀ ਮੇਰੇ ਸ਼ਬਦਾਂ ਤੋਂ ठेस ਪਹੁੰਚੀ ਹੋਵੇ ਤਾਂ ਮੈਂ ਖਿਮਾ ਮੰਗਦੀ ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ